بسم اللہ الرحمن الرحیم بنبیین نبیین و رسولین مدنیین بے اخیئی یسد اللہ و مسماؤں بے علیین و بنوہا بطولیم بے والد تاؤں والسبتائے والشبلائے ہماؤں نجل زکی و بے سجاؤں دے و بے اللہ باکرے والصادق حق اللہ بموسا ورزا وتقیان ونقیان وان بذل اسکرے والحجا تلقائیں بالحق الذین اجرے ممسائف بحکم ظلین بے تقبل بے قبولین حسن ربا دعا ناؤں بے علیان بے علیان ناؤں بے علی یا صاحب زمان وادرک ناؤں بے حق دمیلہ فضل و شہدائی اللہم صلی علی محمد و آل محمد صلوات کائنات کا خالق توڈا ٹر رہا منظور فرماوے میرے بھائیاں دا صفے ماتم وچھایا اپنی بارگاہ وچ قبول فرماوے ہر مومن موالی نو مولا ہر تکلیف پریشانی تو محفوظ فرماوے ہر مومن دی نیک دعا نیک تمنا اپنی بارگاہ وچ قبول فرماوے بھائی عدنان دی جو نیک حاجات ہے مولا پوری فرماوے جنہ جنہ مومنہ میرے ذمے دعائیں لائیوئن اپنی بارگاہ وچ قبول فرماوے سارے مرشد بابا امان اللہ سلطان سرکار دی زندگی دراز فرماوے امام حسین دے پتران دا صدقہ مولا انہ دے بچیاں دی زندگی دراز فرماوے میں حکیر دی نوکری اپنی بارگاہ وچ قبول فرماوے سارے بارہویں ہادی دا جلد ظہور فرماوے سکون قلب مہیا نماز کرتی ہے سلامت رہو بھائی زندگی دراز ہوں توڑیاں مولا حسین تو سلامت رکھے سخی بادشاہ تو رنگ لا مین گلزار بھائی سکون قلب مہیا نماز کرتی ہے غموں دکھوں سے ہمیں بے نیاز کرتی ہے بسم اللہ کرم سکون قلب مہیا نماز کرتی ہے غموں دکھوں سے ہمیں بے نیاز کرتی ہے علی کی ضرب جو افضل ہے کل عبادتوں سے حسین وہ بھی تیرے سجدے پہ ناز کرتی ہے سلامت رہو میں بسم اللہ کروں بسم اللہ مولا حسین تو سلامت رکھے جی بسم اللہ کراں سکون قلب مہیا نماز کرتی ہے غموں دکھوں سے ہمیں بے نیاز کرتی ہے علی کی ضرب جو افضل ہے کلی باتوں سے حسین وہ بھی تیرے سجدے پہ ناز کرتی ہے مسجد میں پڑے رہتے ہیں چٹائی پر دن رات مسجد میں پڑے رہتے ہیں چٹائی پر دن رات محمد کے عزا خانے میں سر خم نہیں کرتے بسم اللہ کرا سلامت رہو بھائی سلامت رہو مسجد میں پڑے رہتے ہیں چٹائی پر دن رات محمد کے عزا خانے میں سر خم نہیں کرتے سجدے میں ہوا قتل محمد کا نواسا یہ کیسے نمازی ہیں جو ماتم نہیں کرتے سلامت رہو بھائی سلامت رہو زندگی دراز ہوں تھوڑی
ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ, ਸਖੀ ਬਾਦਸ਼ਾਹ ਤੁਹਾਨੂੰ ਨੰਗ ਲਵੇ, ਮੌਲਾ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਫਰਮਾਵੇ, ਮੇਰਾ ਘਰ ਹੈ ਬਿਸਮਿਲ੍ਲਾ ਕਰਾਂ ਟਾਈਮ ਪਿੱਛੋਂ ਅੱਛਾ ਮਸਜਿਦ ਮੇ ਪੜੇ ਰਹਤੇ ਹੈ ਚਟਾਈ ਪਰ ਦਿਨ ਰਾਤ ਮੁਹੰਮਦ ਕੇ ਅਜ਼ਾ ਖਾਨੇ ਮੇ ਸਰ ਖਮ ਨਹੀਂ ਕਰਤੇ, ਸਜਦੇ ਮੇ ਹੁਆ ਕਤਲ ਮੁਹੰਮਦ ਕਾ ਨਵਾਸਾ, ਯੇ ਕੈਸੇ ਨਮਾਜ਼ੀ ਹੈ ਜੋ ਮਾਤਮ ਨਹੀਂ ਕਰਤੇ। ਸਲਾਮਤ ਰਹੋ, ਸਲਾਮਤ ਰਹੋ, ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ। ਮੇਰੇ ਬਾਅਦ ਮੇਰੇ ਮੌਲਾ ਹੁਸੈਨ ਬਾਦਸ਼ਾਹ ਦੇ ਬਹੁਤ ਅੱਛੇ ਜ਼ਾਕਿਰ ਮਦਾ ਖਾਨ ਸੈਦ ਬਾਦਸ਼ਾਹ ਤੁਸੀਂ ਫਰਮਾਏ, ਅਤੇ ਮੈਂ ਲੰਬਾ ਪੜ੍ਹਨਾ ਕੋਈ ਨਹੀਂ, ਬਸ ਮੈਂ ਜਨਾਬ ਨੂੰ ਇੱਕ ਕਸੀਦਾ ਸੁਣਾਈਨਾ ਅਤੇ ਦੋ ਦੇ ਦੋ ਵਹਿਣ ਅਤੇ ਤਾਲੇ ਬੇ ਦੋ ਆ। ਅੱਛਾ ਉਹੀ ਪੜ੍ਹਦੇ ਉਹ ਪੜ੍ਹਸਾਂ ਬਾਬਾ ਜੀ, ਬਾਬਾ ਸਲਵਾਤ ਬਾਬਾ ਜੀ ਬੁਲੰਦ ਪੜੋ, ਖੁਸ਼ਕਿਸਮਤ ਹੈ ਉਹ ਇਨਸਾਨ, ਹਾਂ ਮੈਂ ਸਾਹਿਬ ਜ਼ਿਆਦਾ ਪੜ੍ਹਸਾਂ, ਖੁਸ਼ਕਿਸਮਤ ਹੈ ਉਹ ਇਨਸਾਨ ਜਿਹਦਾ ਅਲੀ ਜੀ ਇਮਾਮ ਹੈ। ਅਲੀ ਇਮਾਮ ਸਿਰਫ ਸ਼ੀਆਂ ਅਤੇ ਸੁਨੀਆਂ ਦਾ ਨਹੀਂ, ਅਲੀ ਇਮਾਮ ਪੂਰੀ ਕਾਇਨਾਤ ਦਾ ਇਮਾਮ ਹੈ। ਅੱਗੋਂ ਹਰ ਕੈਂ ਦੇ ਜ਼ਰਫ ਦੀ ਬਾਂਹ 'ਤੇ ਕੋਈ ਮੰਨ ਲਵੇ ਤਾਂ ਵੱਤ ਹੀ ਅਲੀ ਅਲੀ ਹੈ, ਕੋਈ ਨਾ ਮੰਨੇ ਇਹਨਾਂ ਦੇ ਬਾਰੇ ਸੋਚਣਾ ਨਹੀਂ ਚਾਹੀਦਾ, ਇਹਨਾਂ ਨੂੰ ਮਨ ਲਵਣਾ ਚਾਹੀਦਾ ਹੈ। ਜਿਨ੍ਹਾਂ ਸੋਚਿਆ ਉਹ ਸ਼ੈਤਾਨ ਬਣ ਗਏ, ਜਿਨ੍ਹਾਂ ਸਿਰਫ ਮਨ ਲਿਆ ਉਹ ਸੁਲੇਮਾਨ ਬਣ ਗਏ। ਹੱਥ ਆ ਕੇ ਭਾਈ ਹੈਦਰੀ ਇਹਦੇ ਕਰੀਮ ਹਨ, ਇਹਦੇ ਲਜਪਾਲ ਹਨ, ਇਨਸਾਨ ਦੀ ਗੁਰਬਤ ਨਹੀਂ ਲੈਂਦੇ, ਜਾਇਦਾਦ ਨਹੀਂ ਦੇਦੇ, ਨੀਅਤ ਪਸੰਦ ਆ ਵਨੇ ਕਹੇ ਨੂੰ ਮਾਂ ਚ ਸਦੇਂਦੇ ਨ। ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਨੀਅਤ ਪਸੰਦ ਆਵੇ ਕਹੇ ਨੂੰ ਨਾਨਾ ਚ ਸਦੇਂਦੇ ਨ। ਇਨ੍ਹਾਂ ਦੇ ਦਰਵਾਜ਼ੇ 'ਤੇ ਤੂੰ ਅਸਾਂ ਨਹੀਂ ਪਿੰਦੇ, ਇਨ੍ਹਾਂ ਦੇ ਦਰਵਾਜ਼ੇ 'ਤੇ ਮਲਾਇਕ ਸਵਾਲੀਏ ਨ, ਇਨ੍ਹਾਂ ਦੇ ਦਰਵਾਜ਼ੇ 'ਤੇ ਨਬੀ ਸਵਾਲੀਏ ਨ। ਕਸੀਦਾ ਮੈਂ ਜਨਾਬ ਨੂੰ ਜਨਾਬ ਬਹਲੋਲ ਦਾ ਸੁਣਾਵਣ ਲੱਗਾਂ, ਜਿਹੜਾ ਮਲੰਗਾਨਾ ਲੋਕ ਬੈਠੇ ਹੋ, ਮੌਲਾ ਜ਼ਿੰਦਗੀ ਜਰਾਸ ਫਰਮਾਵੇ। ਦੁਨੀਆ ਦੇ ਵੇਖਣ ਨਾਲ ਤਾਂ ਦੀਵਾਨਾ ਹੈ ਮਜਨੂ ਹੈ, ਲੇਕਿਨ ਅਜ਼ਮਤ ਹੁਸੈਨ ਦੀ ਕਸਮ ਹੈ ਬਹੁਤ ਬੜਾ ਆਲਮ ਹੈ, ਬਹੁਤ ਵੱਡਾ ਮੁਜਤਹਿਦ ਹੈ। ਬਾਬਾ ਜੀ ਦੀਵਾਨਗੀ ਅਖਤਿਆਰ ਕੀਤੀ ਹੈ ਤਾਂ ਮੌਲਾ ਦੇ ਆਖਣ 'ਤੇ, ਉਹ ਜਦੋਂ ਜ਼ਿੰਦਗੀ ਨੂੰ ਖਤਰਾ ਪਈਆ ਅਤੇ ਆਖਣ ਲੱਗਾ ਮੌਲਾ ਹੁਣ ਕੀ ਕਰਾਂ, ਮੇਰੇ ਮੌਲਾ ਫਰਮਾਇਆ ਹੋਰ ਕੋਈ ਨਾ ਕਰ ਬਸ ਕਮਲਾ ਬਣ ਵਾਂ ਜੀ। ਹੈਦਰੀ ਵਤਨ ਵਾਲਿਓ ਮੁੜ, ਬਿਸਮਿਲ੍ਲਾ, ਵਤ ਬਹਲੋਲ ਕੰਮ ਕਿਹੜਾ ਕੀਤਾ ਹੈ? ਬਾਬਾ ਨਕੇ ਸ਼ਾਹ ਜੀ ਕਾਨੇ ਦਾ ਘੋੜਾ ਬਣਾਇਆ, ਕਾਨੇ ਦਾ ਘੋੜਾ ਬਣਾ ਕੇ ਪੂਰੇ ਸ਼ਹਿਰੇ ਚੱਕਰ ਲਾਇਆ, ਹਰ ਗੱਲੀ ਹਰ ਕੂਚਾ ਹਰ ਚੌਕ ਬਾਬਾ ਜੀ ਹਰ ਬੰਦੇ ਦੇ ਮੋਢੇ 'ਤੇ ਹੱਥ ਰੱਖ ਕੇ ਆਖਿਆ ਆਖਣਾ ਅਲੀ ਹੱਕੇ। ਸਲਾਮਤ ਰਹੋ ਭਾਈ, ਜ਼ਿੰਦਗੀ ਦਰਾਜ਼ ਹੋਵੇ, ਸਖੀ ਬਾਦਸ਼ਾਹ ਤੁਰਨ ਗੱਲਾਂ ਬਈ, ਜ਼ਿੰਦਗੀ ਦਰਾਜ਼ ਹੋਵੇ ਭਾਈ, ਬਸ ਲਾਲ ਸਲਾਮਤ ਸਲਾਮਤ ਸਲਾਮਤ। ਬਾਬਾ ਜੀ ਇੰਨੇ ਹਿੱਕ ਦੇ ਕਾਨੇ ਦੇ ਘੋੜੇ 'ਤੇ ਚੜ੍ਹ ਹੋਇਆ, ਹਾਰੂਨ ਦੇ ਦਰਬਾਰ 'ਚ ਦਾਖਿਲ ਹੋਇਆ, ਅਤੇ ਹਾਰੂਨ ਦਾ ਰਿਸ਼ਤੇਦਾਰ ਆਈ ਪਿਤਰੇਰ ਲੱਗਦਾ ਹੈ, ਯਾਨੀ ਕਿ ਚਾਚੇ ਦਾ ਪੁੱਤਰ ਆਈ, ਮਲਾਂਗਾ ਇੰਨੇ ਦਰਬਾਰ 'ਚ ਵੜਿਆ ਅਤੇ ਮਲੰਗ ਨੇ ਅਲੀ ਅਲੀ ਦੀ ਸਦਾ ਬੁਲੰਦ ਕੀਤੀ ਹੈ। ਉਹ ਜਿਹੜੇ ਲੋਕ ਜਾਣਦੇ ਹਨ ਉਹਨਾਂ ਨੂੰ ਤਾਂ ਪਤਾ ਲੱਗ ਗਈ ਹੈ ਵੀ ਬਹਲੋਲ ਆ ਗਈ ਹੈ, ਅਤੇ ਜਿਹੜੇ ਨਾ ਜਾਣਦੇ ਇੱਕ ਬੈਨ ਨੂੰ ਆਖਣ ਲੱਗੇ ਪਤਾ ਨਹੀਂ ਕੌਣ ਹੈ ਕਮਲਾ ਜੀ ਆ ਦਰਬਾਰ 'ਚ ਵਾੜਾ ਹੈ,
ਦਰਬਾਰ ਦੀਆਂ ਗੱਲਾਂ ਆਉਂਦੀਆਂ ਰਹੀਆਂ, ਬਾਲੋਲ ਆਪਣਾ ਵਿਰਦ ਜਾਰੀ ਰੱਖਿਆ। ਤੇ ਜਦੋਂ ਬੰਦੇ ਗਾਹ ਟੁਰ ਗਏ ਤੇ ਹਾਰੂਨ ਬਹਲੋਲ ਨਾਲ ਬੜਾ ਨਾਰਾਜ਼ ਹੋਇਆ, ਆਖਣ ਲੱਗੇ ਮੇਰੇ ਕੋਲ ਫਲਾਂ ਅਮੀਰ ਹੀ ਆਇਆ ਬੈਠਾ ਹੀ, ਫਲਾਂ ਰਈਸ ਵੀ ਆਇਆ ਬੈਠਾ ਹੀ, ਅਤੇ ਤੂੰ ਇੰਨੇ ਕਾਨੇ ਦੇ ਘੋੜੇ 'ਤੇ ਚੜ੍ਹੇ ਹੋਏ ਲਗਾਇਆ ਹੈ, ਅਲੀ ਅਲੀ ਕਰਿੰਦਾ ਹੈ, ਮੇਰੀ ਏਡੇ ਵੱਡੇ ਮਜਮੇ ਤੋਹੀਨ ਕਰਾਈਏ, ਇਸ ਨਾਲ ਮਰ ਜਾਵੇ ਆ ਤਾਂ ਬਿਹਤਰ ਆਈ। ਤੂੰ ਜਨਾਬ ਬਹਲੋਲ ਫਰਮਾਇਆ ਜੇ ਤੇਰਾ ਪ੍ਰੋਗਰਾਮ ਹੈ ਤਾਂ ਅਸਾਂ ਮਰਵਾਈਨੇ ਆਏ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਸਲਾਮਤ ਰਹੋ ਭਾਈ, ਜ਼ਿੰਦਗੀ ਦਰਾਜ਼ ਹੋਵੇ। ਸਖੀ ਬਾਦਸ਼ਾਹ ਬਿਸਮਿਲਾ ਕਰਾਂ, ਬਿਸਮਿਲਾ ਕਰਾਂ। ਇਹ ਪਿਛਲੇ ਬੰਦੇ ਉਹ ਮੈਨੂੰ ਨਾਰਾ ਨਹੀਂ ਸੁਣਾਉਂਦੇ ਹੀ, ਜਾਂ ਮੈਨੂੰ ਸੁਣਦੇ ਹੀ ਕੋਈ ਨਹੀਂ ਬੈਠੇ। ਮਲਾਂਗ ਸਾਈਂ ਮਿੱਟੀ ਤੇ ਸੁੱਤਾ, ਰੂਹ ਪਰਵਾਸ ਕਰ ਗਿਆ। ਕੋ 2 ਘੰਟਿਆਂ ਬਾਅਦ ਉਹਨਾਂ ਆਖੇ ਪਤਾ ਤਾਂ ਕਰੀਏ ਇੰਨੇ ਸੁੱਤਾ ਹੈ ਜਾਂ ਵਾਕਈ ਮਰ ਗਈ। ਉਹਨਾਂ ਡਾਕਟਰ ਮੰਗਾਏ, ਹਕੀਮ ਮੰਗਾਏ, ਬਾਬਾ ਜੀ ਉਹਨਾਂ ਨਬਜ਼ਾਂ ਚੈੱਕ ਕੀਤੀਆਂ ਤਾਂ ਉਹਨਾਂ ਆਖੋ ਤਾਂ ਬੜੀ ਦੇਰ ਦਾ ਦੁਨੀਆ ਤੋਂ ਟੁਰ ਗਈ ਹੈ। ਜਨਾਬ ਬਹਲੋਲ ਨੂੰ ਭਾਈਜਾਨ ਗੁਸਲ ਮਿਲ ਗਿਆ, ਕਫਨ ਮਿਲ ਗਿਆ, ਬੰਦਿਆਂ ਬਹਲੋਲ ਦਾ ਜਨਾਜ਼ਾ ਚਾ ਲਿਆ। ਸ਼ਹਿਰ ਦਾ ਮੋੜ ਮੁੜੇ ਚੰਦ ਔਰਤਾਂ ਸਾਹਮਣੇ ਆਈਆਂ, ਦੇਖ ਕੇ ਆਖਣ ਲੱਗੀਆਂ ਕੌਣ ਮਰ ਗਈ ਹੈ। ਉਹਨਾਂ ਬੰਦੇ ਆਖਿਆ ਉਹ ਤਾਂ ਮਰ ਗਈ ਹੈ ਜਿਹੜਾ ਨਿਤ ਅਲੀ ਅਲੀ ਕਰਿੰਦਾ ਈ। ਉਹਨਾਂ ਆਖਿਆ ਵਤ ਅਲੀ ਵਾਲਿਆਂ ਦਾ ਮੂੰਹ ਵੇਖਣਾ ਸਵਾਬ ਹੁੰਦਾ ਹੈ। ਇੱਕ ਵਾਰੀ ਜਨਾਜ਼ਾ ਰੱਖੋ ਸਾਨੂੰ ਮੂੰਹ ਵੇਖਣ ਦਿਓ। ਬਾਬਾ ਜੀ ਉਹਨਾਂ ਬਹਲੋਲ ਦੇ ਮੂੰਹ ਤੋਂ ਕੱਪੜਾ ਹਟਾਇਆ ਅਤੇ ਔਰਤਾਂ ਪਰੇਸ਼ਾਨ ਹੋ ਕੇ ਇੱਕ ਬੈਨ ਨੂੰ ਆਖਣ ਲੱਗ ਗਈਆਂ ਬਹਲੋਲ ਤੇ ਅੱਜ ਬਹੁਤ ਦਲਦੇ ਮਰ ਗਈਆ। ਤੇ ਜਨਾਬ ਬਹਲੋਲ ਉੱਠੀ ਬੈਠੇ, ਉਹਨਾਂ ਆਖਿਆ ਮਾਈ ਇਹ ਵਾਰ ਠੀਕ ਨਹੀਂ, ਤਾਂ ਕਹੀਂ ਹੋਰ ਵਾਰ ਮਰ ਬੈਠਾ। ਉਹ ਕੁਰਾਨ ਦਾ ਵਾਸਤਾ ਇੱਕ ਵਾਰੀ ਬਾਹ, ਇੱਕ ਵਾਰੀ, ਇੱਕ ਵਾਰੀ ਬਾਹ। ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ, ਸਖੀ ਬਾਦਸ਼ਾਹ ਤੁਰ ਰੰਗ ਲਾਵੇ। ਇਹੋ ਬਹਲੋਲ ਬਗਦਾਦ ਦੇ ਚੌਕ 'ਚ ਮਿੱਟੀ ਦੀਆਂ ਢੇਰੀਆਂ ਬਣਾ ਕੇ ਜੰਨਤ ਵੇਚਣੀ ਸ਼ੁਰੂ ਕੀਤੀ ਅਤੇ ਇੱਕ ਮੁਨਾਫਿਕ ਦਾ ਗੁਜ਼ਾਰ ਹੋਇਆ। ਹੁਣ ਤਾਂ ਮੁਨਾਫਿਕ ਦੀ ਤਾਰੀਫ ਤਾਂ ਸੁਣਦੇ ਰਹੇ ਹੋ, ਬਜੜੀ ਹੈ ਅੰਦਰੋਂ ਕਿਵੇਂ ਅਤੇ ਬਾਹਰੋਂ ਬੋਲੋ ਤਾਂ ਸਹੀ ਯਾਰ। ਅਤੇ ਉਹਨੂੰ ਇਹ ਗੱਲ ਚੰਗੀ ਨਾ ਲੱਗੀ, ਸਿੱਧਾ ਮੌਲਾ ਦੇ ਕੋਲ ਆਇਆ, ਕਦਮਾਂ 'ਤੇ ਹੱਥ ਲਾ ਕੇ ਆਦਾ, ਮੌਲਾ ਉਂਝ ਤਾਂ ਤੁਸੀਂ ਆਦੇ ਹੋ, ਅਸਾਂ ਹੀ ਸੱਚੇ ਆਏ, ਸਾਡੇ ਨੌਕਰ ਹੀ ਸੱਚੇ ਨੇ। ਉਹ ਤੁਹਾਡਾ ਨਾਂ ਲੈ ਕੇ ਮੁੱਠ ਮਿੱਟੀ ਦੀ ਦਿੰਦਾ ਹੈ, ਬੰਦਿਆਂ ਕੋਲ ਪੈਸੇ ਲੈ ਲੈਂਦਾ, ਤੁਹਾਡੇ ਨਾਂ ਨੂੰ ਬਦਨਾਮ ਕੀਤੀ ਬੈਠਾ ਹੈ ਅਤੇ ਮੇਰੇ ਮੌਲਾ ਆਉਣ ਵਾਲੇ ਦੀ ਨੀਅਤ ਹੀ ਵੇਖਦੇ ਬੈਠੇ ਆਏ। ਬਾਈ ਇਹ ਮੁਨਾਫੇ ਕੇ ਯਾ ਸਾਲੇ, ਮੇਰੇ ਮੌਲਾ ਫਰਮਾਇਆ ਉਸ ਬਹਲੋਲ ਨੂੰ ਛੋੜ, ਪਹਿਲੇ ਆ ਮੈਂ ਤੈਨੂੰ ਆਪਣਾ ਤਾਰਫ ਕਰਾਵਾਂ ਜੋ ਮੈਂ ਕੌਣ ਹਾਂ। ਮੇਰੇ ਮੌਲਾ ਨੇ ਜਿਹੜੇ ਤਾਰਫ ਕਰਾਇਆ, ਕਸੀਦਾ ਸੁਣਾਵਾਂ, ਪੜ੍ਹਦੇ ਹੋ ਸਲਵਾਤ ਰਲ ਕੇ। ਸਾਡੇ ਸਦਕੇ ਜੇ ਜਹਾਨ ਬਣੇ, ਸਾਡੇ ਸਦਕੇ ਜੇ ਜਹਾਨ ਬਣੇ, ਸਾਰਾ ਕੁਝ ਅੱਲਾ ਦਾ ਤੇ ਅੱਲਾ ਸਾਡਾ ਆਪਣਾ ਹੈ। ਸਲਾਮਤ ਰਹੋ ਬਾਈ, ਬਿਸਮਿਲਲਾ ਕਰਾਂ, ਹੱਥ ਜਾ ਕੇ ਬਾਈ ਹਾਜ਼ਰੀ, ਬਿਸਮਿਲਲਾ ਕਰਾਂ, ਮੈਂ ਬਿਸਮਿਲਲਾ ਜੀ ਬਿਸਮਿਲਲਾ ਕਰਾਂ। ਸਾਡੇ ਸਦਕੇ ਜੇ ਜਹਾਨ ਬਣੇ, ਕਰ
ਬਲ ਅਰੇ ਸ਼ੁਮੂ ਅੱਲਾ ਸਾਡਾ ਆਪਣਾ ਹੈ ਸਾਰਾ ਕੁਝ ਅੱਲਾ ਦਾ ਤੇ ਅੱਲਾ ਸਾਡਾ ਆਪਣਾ ਹੈ ਸਾਰਾ ਕੁਝ ਸਲਾਮਤ ਰਹੋ ਜ਼ਿੰਦਗੀ ਦਰਾਜ ਹੋਵੇ ਸਲਾਮਤ ਰਹੋ ਭਾਈ ਸਲਾਮਤ ਰਹੋ ਜ਼ਿੰਦਗੀ ਦਰਾਜ ਹੋ ਬਿਸਮਿਲਾ ਕਰਾਂ ਹੱਥ ਬੰਨ ਕੇ ਆਦਾ ਮੌਲਾ ਮੈਨੂੰ ਜੋ ਆਪਣੀ ਤਾਰੀਫ ਦੱਸਦੇ ਪਏ ਹੋ ਮੈਂ ਤਾਂ ਤੁਹਾਨੂੰ ਜਾਣਦਾ ਮੈਂ ਤੁਹਾਡਾ ਨੌਕਰ ਹਾਂ ਮੌਲਾ ਮੈਂ ਤਾਂ ਤੁਹਾਡੇ ਮੰਨਣ ਵਾਲਾ ਅਤੇ ਮੇਰਾ ਬਾਬਾ ਹੀ ਬਹੁ ਮੰਨਦਾ ਆਈ ਅਤੇ ਜਿਹੜਾ ਮੇਰਾ ਦਾਦਾ ਆਈ ਨਾ ਉਹ ਤਾਂ ਬਹੁ ਮੰਨਦਾ ਆਈ ਮੇਰੇ ਮੌਲਾ ਫਰਮਾਇਆ ਮੈਂ ਜਾਣਦਾ ਤੂੰ ਕਿਵੇਂ ਮੰਨਦਾ ਹੈ ਮਸਜਿਦ ਬੈਤੁੱਲਾ ਸਾਡਾ ਆਪਣਾ ਹੈ ਪੋਇਸ਼ਤ ਨਬੀ ਦਾ ਮੁਸੱਲਾ ਸਾਡਾ ਆਪਣਾ ਹੈ ਸਲਾਮਤ ਰਹੋ ਆਲੀ ਆਲੀ ਜ਼ਿੰਦਗੀ ਦਰਾਜ਼ ਹੋਵੇ ਸਲਾਮਤ ਰਹੋ ਭਾਈ ਸਲਾਮਤ ਰਹੋ ਮੌਲਾ ਹੁਸੈਨ ਤੁਹਾਨੂੰ ਸਲਾਮਤ ਆਲੀ ਆਲੀ ਜ਼ਿੰਦਗੀ ਦਰਾਜ਼ ਹੋਵੇ ਸਲਾਮਤ ਰਹੋ ਬਾਈ ਆਖਰੀ ਸ਼ੇਰ ਬਣਨ ਲੱਗਾ ਹੱਥ ਬੰਨ ਕੇ ਆਦਾ ਮੌਲਾ ਅਸੀਂ ਸਾਰੇ ਮੰਨਣ ਵਾਲੇ ਆਏ ਮੈਂ ਤਾਂ ਮੌਲਾ ਉਹਦੀ ਸ਼ਿਕਾਇਤ ਲੈ ਕੇ ਆਇਆ ਮੂੰ ਬਾਈ ਉਹਨੂੰ ਕਿਵੇਂ ਤੁਸੀਂ ਰੋਕੋ ਆ ਇਹਨੇ ਤੁਹਾਡੇ ਨਾਂ ਨੂੰ ਬਦਨਾਮ ਕੀਤੀ ਬੈਠਾ ਤੁਸੀਂ ਆਪ ਨਹੀਂ ਰੁਕੇਂਦੇ ਤਾਂ ਮੈਨੂੰ ਹੁਕਮ ਨਹੀਂ ਹੋ ਮੈਂ ਬੰਨ ਕੇ ਰੁਕੇਂਦਾ ਮੇਰੇ ਮੌਲਾ ਫਰਮਾਇਆ ਉਹਨੂੰ ਛੋੜ ਤੂੰ ਆ ਮੇਰੀ ਗੱਲ ਸੁਣ ਸਲਾਮਤ ਰਹੋ ਬਾਈ ਜ਼ਿੰਦਗੀ ਦਰਾਜ਼ ਹੋਵੇ ਸੁਖੀ ਬਾਦਸ਼ਾਹ ਤੋਂ ਲੰਘ ਲੰਘ ਬਿਸਮਿਲਾ ਕਰਾਂ ਬਈ ਮਹੱਲਾ ਸਾਡਾ ਆਪਣਾ ਹੈ ਜੰਨਤ ਵਿੱਚ ਇਹਦਾ ਜਿਹੜਾ ਜੱਲਾ ਸਾਡਾ ਆਪਣਾ ਹੈ ਜੰਨਤ ਵਿੱਚ ਇਹਦਾ ਜਿਹੜਾ ਜੱਲਾ ਸਾਡਾ ਮੇਰੀ ਜ਼ਿੰਦਗੀ ਅਲੀ ਹੈ ਮੇਰੀ ਬੰਦਗੀ ਅਲੀ ਹੈ 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 ਚੱਲ ਤਾਰੇ ਵਿੱਚ ਕਿਤੇ ਰੋਸ਼ਨੀ ਅਲੀ ਹੈ ਚੱਲੇ ਤੇ ਨਾ ਲਵਾ ਤੇਰਾ ਨਾਮ ਯਾ ਅਲੀ ਤੈਨੂੰ ਕਰਦਾ
ਕਾਬਾ ਵੀ ਸਲਾਮ ਯਾ ਅਲੀ ਨੌ ਵੀਰ ਮਰਾ ਕੇ ਉਧਰੇ ਭੈਣੀ ਆਈਆਂ ਟੁਰ ਸ਼ਾਮ ਦੇ ਪਾਸੇ ਗਈਆਂ ਉਹ ਹਨ ਸਰ ਪੁੱਤਰਾਂ ਦੇ ਨੇਜ਼ਿਆਂ ਤੇ ਥੱਲੇ ਮਾਵਾਂ ਟੁਰਦੀਆਂ ਵਾਹ 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 ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਹੁਸੈਨ ਰਾਜ਼ੀ ਹੋਈ ਬਈ ਹੁਸੈਨ ਦੀ ਮਾਂ ਰਾਜ਼ੀ ਹੋਈ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਜੀ ਨੌਕਰਾਂ ਬਾਬਾ ਲੱਖ ਵਾਰੀ ਬਣਾ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਭਾਈ ਨਾਵੀਰ ਮਰਾ ਕੇ ਉਧਰੇ ਭੈਣੀ ਆਈਆਂ ਟੁਰ ਸ਼ਾਮ ਦੇ ਪਾਸੇ ਗਈਆਂ ਉਹ ਹਨ ਸਰ ਪੁੱਤਰਾਂ ਦੇ ਨੇਜ਼ਿਆਂ ਤੇ ਥੱਲੇ ਮਾਵਾਂ ਟੁਰਦੀਆਂ ਵਾਹ ਬਾਈ ਵਾਹ ਵਾਹ ਬਾਈ ਵਾਹ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਜੀ ਨੌਕਰਾਂ ਬਾਬਾ ਨੌਕਰਾਂ ਲੱਖ ਵਾਰੀ ਪੜ੍ਹ ਮੈਂ ਬਿਸਮਿਲਾ ਕਰਾਂ ਜੀ ਨੌਕਰਾਂ ਬਾਬਾ ਜੀ ਨੌਕਰ ਜੀ ਨੌਕਰ ਜੀ ਨੌਕਰ ਜੀ ਨੌਕਰਾਂ ਬਾਈ ਜੀ ਨੌਕਰਾਂ ਸ਼ਾਮ ਦੇ ਪਾਸੇ ਗਈਆਂ ਵਾਵਨ ਸਰ ਪੁੱਤਰਾਂ ਦੇ ਨੇਜ਼ਿਆਂ ਤੇ ਥੱਲੇ ਮਾਵਾਂ ਟੁਰਦੀਆਂ ਮੇਰੇ ਪਾਸੇ ਵੇਖੋ ਬਾਈ ਹੁਣ ਛੋੜੋ ਮੇਰੇ ਪਾਸੇ ਵੇਖੋ ਤੁਸੀਂ ਕਾਤਲ ਹੱਸਦੇ ਵੀਰਾਂ ਦੇ ਭੈਣੀ ਤੁਰ ਤੁਰ ਦੇਦੀਆਂ ਵਾਹ ਬਾਈ ਵਾਹ ਵਾਹ ਬਾਈ ਵਾਹ ਵਾਹ ਬਾਈ ਵਾਹ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਸੈਨ ਰਾਜ਼ੀ ਉਹਨੇ ਬਈ ਹੋ ਸੈਨ ਦੀ ਮਾਂ ਰਾਜ਼ੀ ਜੀ ਜੀ ਨੌਕਰ ਬਾਬਾ ਜੀ ਨੌਕਰ ਬਾਬਾ ਜੀ ਨੌਕਰ ਜੀ ਨੌਕਰ ਵੀ ਲੱਖ ਵਾਰੀ ਪੜ੍ਹਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਜੀ ਨੌਕਰ ਜੀ ਨੌਕਰ ਜੀ ਨੌਕਰ ਜੀ ਨੌਕਰ ਬਾਈ ਨੌਕਰ ਕਚਹਿਰੀ ਥਈਆਂ ਵਾਰੇ ਕਾਤਲ ਹੱਸਦੇ ਆਇਆ ਵੀਰਾਂ ਦੇ ਭੈਣੀ ਤੁਰ ਤੁਰ ਦੇ ਦੀਆਂ ਜਿਹੜੀ ਦੀਵਾਰ ਰੋਂਦਾ ਟੁਰਿਓ ਲੋਕ ਪੁੱਛਣੀ ਕਿਉਂ ਵਧਰੋ ਨੇ ਰੋਕਿਆ ਕਿ ਉਸ ਗਰੀਬ ਨੂੰ ਵਧਰੋਂਦਾ ਜਿਹਦੀ ਲਾਸ਼ ਤੇ ਬਹਿਣਾ ਨਹੀਂ ਰੁਣੀਆਂ ਵਾਹ 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 ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਸੈਨ ਰਾਜ਼ੀ ਹੋਵੀ ਹੋ ਸੈਨ ਦੀ ਮਾਂ ਰਾਜ਼ੀ ਹੋਵੀ ਜੀ ਲੱਖ ਵਾਰੀ ਪੜਾਂ ਮੈਂ ਲੱਖ ਵਾਰੀ ਪੜਾਂ ਭਾਈ ਮੈਂ ਬਿਸਮਿਲਾ ਕਰਾਂ ਜੀ ਮੈਂ ਬਿਸਮਿਲਾ ਕਰਾਂ ਜੀ ਬਿਸਮਿਲਾ ਕਰਾਂ ਜਿਹੜਾ ਬੰਦਾ ਹੁਸੈਨ ਦੀ ਮਾਂ ਨੂੰ ਮਕਾਨ ਦੇਣਾ ਹੈ ਬੈਠਾ ਮਜਲਿਸ ਹੁਸੈਨ ਚੇਤੇ ਆਪਣੇ ਆਪ ਨੂੰ ਆਦਾ ਹੈ ਮੈਨੂੰ ਰੋਵਣ ਨਹੀਂ ਆਉਂਦਾ ਹੁਸੈਨ ਦਾ ਨਾ ਕਰੋ ਕਿ ਉਹਦੀ ਮੰਨਤ ਕਰੇ ਨਾ ਜਾਂ ਮਜਲਿਸ ਸੱਚਾਇਆ ਹੈ ਤਾਂ ਇਤਨੀ ਦੇਰ ਬੈਗ ਜ਼ਰੂਰ ਹੋਵੇ ਜਿਤਨੀ ਦੇਰ ਸ਼ਬੀਰ ਨੂੰ ਅਕਬਰ ਦੇ ਸੀਨੇ 'ਚ ਬਰਸੀ ਦਾ ਫਲ ਛਕਾਉਂਦਿਆਂ ਲੱਗੇ ਵਾਹ 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 ਸੈਨ ਰਾਜ਼ੀ ਉਹਨੇ ਭਾਈ ਹੁਸੈਨ ਦੀ ਮਾਂ ਰਾਜ਼ੀ ਉਹਨੇ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ
चलो इतनी देर नहीं रो सकता, इतनी देर जरूर होवे जितनी देर असगर दे गले चो तीर कढेंदा रिया। मिन्नत करेंदा इतनी देर बैग जरूर होवे जितनी देर कमी नजर ब मरेंदा रिया। हाथ बांध के दरिया न मारे डा जख्मी है आपे मर वैसी। वाह भाई वाह, वाह भाई वाह, वाह भाई वाह, वाह भाई वाह जी। मैं बिस्मिल्लाह करा, मैं बिस्मिल्लाह करा, मैं बिस्मिल्लाह करा, मैं बिस्मिल्लाह करा। सैन राजी होई भाई अजम भैन दे नाल विदा पिया करें दाई। मुसलमान खेमे दे बारू हकल मार के आदे ना शब्बीर अब्बास मारिया गिए तो हुण भैणा दे होले गुले ना है। अकबर मारिया गिए धिया दे होले गुले ना है। हुण तू बहरा ना है या सांदर वाए। अजा शब्बीर चो पाई तलियां टेक के मलका शाम उठिए गल च बाई पा क्या दिए हुसैन आज मैदान च इतनी जंग लड़ शाम तैयार दी वन्या मेरे भिराई जंगा लड़ दे आए। वावा 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 इन हक बनता है, इन हक बनता है मुकान दा जी। लख वारी पढ़ा मैं बिस्मिल्लाह करा जी 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 बिस्मिल्लाह करा जी बिस्मिल्लाह करा। सैन राजी हो हुसैन दी मां राजी हो बिस्मिल्लाह करा मैं बिस्मिल्लाह करा जी बिस्मिल्लाह करा। खैमियां दे बारू हकल मार के आदा अल्लाह गवार में 18 बिरामा दी भैण आई कलियां छुड़ेंदा पिया। मेरा अल्लाह जंगलच भी अछुड़े ना कातलच भी अछुड़े ना उत्थे भी अछुड़े ना जिथा लोग मेरे बाबे दे बदले लाउणे। मैदान कर बला चा के नुखैला तैने दे नाल लकीर मारी एस हकल मार के दे उमर साथ तेरा एक सिपाही करास करे मैं बयात करे ना। एक सिपाही को लाया हाथ बन के दे हुसैन ते जो जंग लड़नी आई तो ते दसा गाजी क्यों मराया। वाह 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 वाह। अद मैं आप दा लड़न नहीं आया मैनू भैन आखिया जंग कर। वाह भाई वाह, 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 वाह भाई वाह। इन हक बनता है सैन राजी जी 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 ना करा बाबा जी ना करा। बह के बाबा बह के जिंदगी राज होगी। सैन राजी होने भाई हुसैन दी मां राजी होने। मैं आप तो नहीं लड़न आया मैनू भैन आखिया जंग कर। मैनू रो रो के आदिए मैदान कर बला जितने दिल आवे कूफी मार शामी मार बाजार जाने ते मैं ज़ैनब जाना। माद खाली वलन दवास्ते आज अपने जख्म गिन चा जद बाजार च मैं गुजरा मेरे जख्म गिने एक जख्म काट वने ज़ैनब नाम ही नहीं। वाह 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 यार कोई बंदे हैरान हो के पे वेदन बाबा जी आखरी बैंड दुआ करे सो। मैदान करबला च हकल मार गया दा किदे लोक गिए मेरे अकबर दा कातिल। एक वेरी तो मैदान च मेरे अब्बास दे बाजू कलम करण आला मैनू अजमत हुसैन दी कसम है एक सिपाही दी गर्दे ते शबीर तलवार रखी है कंबदे हथ बन गया दा अकबर दा कातिल छोड़ आया है गाजी दा छोड़ा है मैं ते 13 सालां दा बाल मारिया है। नहीं 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 कुछ वजह मेरी गल नहीं समझे कुछ नहीं समझे नहीं समझे मेरी गल। बीबी रो क्या दिए हुसैन रोंदा क्यों है रो क्या दा रोवा नहीं तो क्या करा कासिम दा कातिल मैं 13 साल बाल मारे मैनु
ਤੈਨੂੰ ਕਿਵੇਂ ਦੱਸਾਂ ਜੇ ਸਿਲ ਦਾ ਕਾਸਮ ਕੁੱਠਾ ਹੈ ਮੇਰੀ ਧੀ ਬੁਰਕਾ ਪਾਈ ਖੜੀ ਹੈ ਆਦੀਏ ਬਾ ਮੈਨੂੰ ਆਖੋ ਮੈਨੂੰ ਕਬਾਰ ਦੀ ਜਾਲ شرکت کی اپیل ہے۔